ਸਿੱਖ ਤਵਾਰੀਖ ਪ੍ਰੋਗਰਾਮ ਦੇਖ ਰਹੇ ਦਰਸ਼ਕੋ ਹਰਕਿਰਤ ਸਿੰਘ ਬਲਬਲੋ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਪਾਦੋਂ ਨਾਨਕ ਸ਼ਹੀਦ ਸਮਤ 554 ਦਾ ਦਿਵਸ ਹੈ ਅੰਗਰੇਜ਼ੀ ਕੈਲੰਡਰ ਦੇ ਮੁਤਾਬਿਕ 5 ਸਤੰਬਰ 2022 ਅੱਜ ਦਾ ਦਿਨ ਸਿੱਖ ਤਵਾਰੀਖ ਦੇ ਵਿੱਚ ਵੱਡਾ ਅਹਿਮ ਦਿਨ ਹੈ ਕਿਉਂਕਿ ਅੱਜ ਦੇ ਦਿਨ ਸ਼ਹੀਦ ਭਾਈ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਭਾਈ ਜੀਵਨ ਸਿੰਘ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਬਾਬਾ ਜੈਤਾ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਦੇ ਦਿਨ 5 ਸਤੰਬਰ 1661 ਈਸਵੀ ਨੂੰ ਭਾਈ ਜੈਤਾ ਜੀ ਦਾ ਜਿਹੜਾ ਜਨਮ ਦਿਹਾੜਾ ਹੋਇਆ ਸੀ ਅੱਜ ਦੇ ਦਿਨ ਮਨਾਇਆ ਜਾਂਦਾ ਉਹਨਾਂ ਦਾ ਜਨਮ ਦਿਹਾੜਾ ਪਿਤਾ ਸੁਦਾਨੰਦ ਜੀ ਤੇ ਮਾਤਾ ਪ੍ਰੇਮੋ ਜੀ ਦੀ ਕੁੱਖੋਂ ਪਟਨਾ ਵਿਖੇ ਉਹਨਾਂ ਦਾ ਜਨਮ ਹੁੰਦਾ ਹੈ ਬਚਪਨ ਤੋਂ ਹੀ ਯੁੱਧ ਦੀ ਸ਼ਾਸਤਰ ਨੀਤੀ ਅਤੇ ਸੰਗੀਤਕ ਜਿਹੜੀ ਸਿੱਖਿਆ ਉਹਨਾਂ ਨੇ ਪ੍ਰਾਪਤ ਕਰ ਲਈ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਰਦਾ ਲੂਸਨ ਉਹਨਾਂ ਦਾ ਪਰਿਵਾਰ ਤੇ ਗੁਰੂ ਮਹਾਰਾਜ ਦੇ ਸਿੱਖੀ ਦੀ ਲਗਨ ਤੇ ਦ੍ਰਿੜਤਾ ਵਿਸ਼ਵਾਸ ਪਿਆਰ ਆदि ਗੁਣ ਬਚਪਨ ਤੋਂ ਹੀ ਉਹਨਾਂ ਨੇ ਗ੍ਰਹਿਣ ਕਰ ਲਏ ਸਨ ਭਾਈ ਜੈਤਾ ਜੀ ਇੱਕ ਮਹਾਨ ਵੱਡੇ ਸੂਰਬੀਰ ਯੋद्धा ਅਤੇ ਕਵੀ ਹੋਏ ਨੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਬਲੱਖਣ ਸਥਾਨ ਹੈ ਜੇਕਰ ਗੱਲ ਕੀਤੀ ਜਾਵੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੇ ਸਥਾਨ ਦੀ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਪ੍ਰਾਪਤੀ ਜਾਂ ਜੀਦੇ ਪਰ ਇਤਿਹਾਸ ਮਾਨ ਕਰਦਾ ਉਹ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਔਰੰਗਜ਼ੇਬ ਗ੍ਰਿਫਤਾਰ ਕਰਦਾ ਦਿੱਲੀ ਦੇ ਵਿਖੇ ਤਾਂ ਉਹ ਸੰਦੇਸ਼ ਭੇਜਦੇ ਨੇ ਭਾਈ ਜੈਤਾ ਜੀ ਦੇ ਥਰੂ ਕਿ ਅਗਲੀ ਗੱਦੀ ਦਾ ਜਿਹੜਾ 10ਵੇਂ ਪਾਸ਼ਾ ਵਾਰਸ ਹੋਣਗੇ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੀ ਤੇ ਵਾਪਸ ਜਿਹੜਾ ਦੂਸਰਾ ਵੱਡਾ ਘਟਨਾਕਰਮ ਉਹਨਾਂ ਦੇ ਪ੍ਰਸਥਾਏ ਹੁੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਤੋਂ ਬਾਅਦ ਗੁਰੂ ਜੀ ਦਾ ਸਿਰ ਲੈ ਕੇ ਆਉਂਦੇ ਨੇ ਉਹ ਵੀ ਉਹਨਾਂ ਪਰਸਥਿਤੀਆਂ ਦੇ ਵਿੱਚ ਜਿਹਦੇ ਵਿੱਚ ਔਰੰਗਜ਼ੇਬ ਇਹ ਕਹਿ ਦਿੰਦਾ ਹੈ ਦਿੱਲੀ ਦੀ ਹਕੂਮਤ ਇਹ ਕਹਿ ਦਿੰਦੀ ਹੈ ਕਿ ਜਿਹੜਾ ਵਿਅਕਤੀ ਵੀ ਇਹਨਾਂ ਦਾ ਸਿਰ ਜਾਂ ਧੜ ਚੁੱਕਣ ਦੀ ਕੋਸ਼ਿਸ਼ ਕਰੇਗਾ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਮੌਤ ਦੀ ਪਰਵਾਹ ਨਾ ਕਰਦੇ ਹੋਏ ਭਾਈ ਸਾਹਿਬ ਗੁਰੂ ਮਹਾਰਾਜ ਦਾ ਸਿਰ ਲੈ ਕੇ ਆਉਂਦੇ ਨੇ ਤੇ ਦੂਸਰੇ ਪਾਸੇ ਲੱਖੇ ਸ਼ਾ ਪੰਜਾਰਾ ਉਹਨਾਂ ਦੇ ਧੜ ਦਾ ਜਿਹੜਾ ਸੰਸਕਾਰ ਕਰਦਾ ਹੈ ਜਦੋਂ ਕੀਤ ਪਰ ਸਾਹਿਬ ਵਿਖੇ ਪਾਈ ਜਤਾ ਜੀ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਜਿਹੜਾ ਪ੍ਰਾਪਤ ਕਰਦੇ ਨੇ ਦਰਸ਼ਨ ਕਰਦੇ ਨੇ ਤੇ ਗੁਰੂ ਕੇ ਸਿੱਖ ਨੂੰ ਗਲ ਵਕੜੀ ਪਾਉਂਦੇ ਨੇ ਤੇ ਉਹਨਾਂ ਨੂੰ ਦੇ ਪਰਥਾਏ ਸ਼ਬਦ ਉਚਾਰ ਦਿੰਨੇ ਰੰਗਰੇਟਾ ਗੁਰੂ ਦਾ ਬੇਟਾ ਇਸ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਦੀ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਵੈਸਾਖੀ ਦੇ ਮੌਕੇ ਸਥਾਪਨਾ ਦੇ ਸਮੋਕੇ ਤਾਂ ਭਾਈ ਜੀ ਜੈਤਾ ਜੀ ਅੰਮ੍ਰਿਤ ਪ੍ਰਾਪਤ ਕਰਕੇ ਅੰਮ੍ਰਿਤ ਦੀ ਦਾਤ ਲੈ ਕੇ ਭਾਈ ਜੀਵਨ ਸਿੰਘ ਬਣਦੇ ਨੇ ਉਸ ਤੋਂ ਬਾਅਦ ਜਿਹੜੀਆਂ ਜੰਗਾਂ ਜੁੱਦਾਂ ਦਾ ਮਾਹੌਲ ਸ਼ੁਰੂ ਹੋ ਜਾਂਦਾ ਹੈ 1701 ਦੇ ਕਰੀਬ ਹਮਲਾ ਸ਼ੁਰੂ ਹੋ ਜਾਂਦਾ ਹੈ ਦਿੱਲੀ ਦੀ ਹਕੂਮਤ ਵੱਲੋਂ ਜਿਹੜੇ ਮੁਗਲ ਸਿਪਾਹੀ ਭੇਜੇ ਆਂਦੇ ਨੇ ਉਹਦੇ ਨਾਲ ਪਹਾੜੀ ਜਿਹੜੇ ਸ਼ਾਸਕ ਸਨ ਮਿਲ ਕੇ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਦੇ ਨੇ ਉਸ ਵੇਲੇ ਬੜੀ ਸੂਰਬੀਰਤਾ ਜਿਹੜੀ ਵੇਖਣ ਨੂੰ ਸਾਨੂੰ ਵਿਖਾਈ ਦੇ ਰਹੀ ਆ ਭਾਈ ਜੀਵਨ ਸਿੰਘ ਦੇ ਜੋਹਰ ਵੇਖਣ ਨੂੰ ਮਿਲਦੇ ਨੇ ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾਂਦਾ ਸਰਸਾ ਨਦੀ ਦਾ ਜਿਹੜਾ ਵਿਛੋੜਾ ਉੱਥੇ ਜਿਹੜਾ ਜੰਗ ਹੁੰਦਾ ਉਸ ਤੋਂ ਬਾਅਦ ਸ਼੍ਰੀ ਚਮਕੌਰ ਸਾਹਿਬ ਦੀ ਜਿਹੜੀ ਗੜੀ ਦਾ ਜੰਗ ਆ ਉਹ ਸਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਤੇ ਵੱਡੀ ਜਿਹੜੀ ਗੱਲ ਆ ਉਹਨਾਂ ਦੇ ਜੀਵਨ ਦੇ ਵਿੱਚ ਜਿੱਥੇ ਉਹ ਆਪ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ ਉੱਥੇ ਹੀ ਉਹਨਾਂ ਦੇ ਚਾਰ ਸੁਪੁੱਤਰ ਭਾਈ ਗੁਲਜਾਰ ਸਿੰਘ ਭਾਈ ਗੁਰਦੇਵਾਲ ਸਿੰਘ ਭਾਈ ਸੁਖਾ ਸਿੰਘ ਤੇ ਭਾਈ ਸੇਵਾ ਸਿੰਘ ਉਹ ਵੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ ਬੀਬੀ ਰਾਜਕੌਰ ਜੀ ਦੇ ਨਾਲ ਉਹਨਾਂ ਦੇ ਜਿਹੜੇ ਅਨੰਦ ਕਾਰਜ ਹੁੰਦੇ ਨੇ ਸੋ ਆ ਸਿੱਖਤ ਵਾਰਖ ਦੇ ਵਿੱਚ ਅੱਜ ਅਸੀਂ ਭਾਈ ਜੈਤਾ ਜੀ ਤੇ ਜਿਨ੍ਹਾਂ ਨੂੰ ਭਾਈ ਸ਼ਹੀਦ ਭਾਈ ਜੀਵਨ ਸਿੰਘ ਦੇ ਨਾਮ ਦੇ ਨਾਲ ਕੌਮ ਦੇ ਵਿੱਚ ਪਿਆਰਿਆ ਜਾਂਦਾ ਸਤਿਕਾਰਿਆ ਜਾਂਦਾ ਉਹਨਾਂ ਦੇ ਜੀਵਨ ਦੀਆਂ ਕੋਈ ਚਲਕਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦਾ ਹੈ ਹਾਂ ਕਿ ਆਪ ਜੀ ਨੂੰ ਇਹ ਪ੍ਰੋਗਰਾਮ ਪਸੰਦ ਆਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਤਵਾਰਿਖ ਪ੍ਰੋਗਰਾਮ ਦੇ ਰੂਬਰੂ ਆਪ ਜੀ ਨੂੰ ਕਰਵਾਉਂਦਾ ਰਹਾਂਗਾ ਤੇ ਅੱਜ ਦਾ ਜਿਹੜਾ ਸਾਡਾ ਵਿਚਾਰ ਆ ਉਸ ਤੇ ਗੱਲਬਾਤ ਕਰਦੇ ਹਾਂ ਅੱਜ 5 ਸਤੰਬਰ ਨੂੰ ਡਾਕਟਰ ਰਾਧਾ ਕ੍ਰਿਸ਼ਨਨ ਦੀ ਜਿਹੜੀ ਯੰਤੀ ਮਨਾਈ ਜਾਂਦੀ ਹੈ ਉਹਨਾਂ ਦੇ ਪਰਥਾਏ ਅੱਜ ਅਧਿਆਪਕ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਅਧਿਆਪਕ ਤੇ ਪ੍ਰਤੀ ਅਲਵਰਟ ਆਨਸਟਾਈਨ ਕਹਿੰਦੇ ਨੇ ਕਿ ਰਚਨਾਤਮਕ ਪ੍ਰਗਟਾਵੇ ਤੇ ਗਿਆਨ ਵਿੱਚ ਆਨੰਦ ਨੂੰ ਜਗਾਉਣਾ ਜਗਾਉਣਾ ਹੀ ਅਧਿਆਪਕ ਦੀ ਸਰਵ ਉੱਚ ਕਲਾ ਹੁੰਦੀ ਹੈ ਤੇ ਗੁਰਬਾਣੀ ਦੇ ਪਰਥਾਏ ਅਧਿਆਪਕ ਲਈ ਗੁਰੂ ਦੇ ਲਈ ਜਿਹੜਾ ਸ਼ਬਦ ਵਰਤੇ ਨੇ ਉਹ ਇਸ ਤਰ੍ਹਾਂ ਨੇ ਗੁਰਬਾਣੀ ਵਿੱਚ ਕਿਹਾ ਗਿਆ ਹੈ ਸ਼ਲੋਕ ਮਹਲਾ ਦੂਜਾ ਜੇ ਸੌ ਚੰਦਾ ਉੱਗਵੈ ਸੂਰਜ ਚੜੈ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਕੂਰ ਅੰਧਾਰ ਗੁਰੂ ਤੋਂ ਬਿਨਾ ਜਿਹੜਾ ਗਿਆਨ ਨਹੀਂ ਮਿਲਦਾ ਗੁਰੂ ਤੋਂ ਬਿਨਾ ਸਹੀ ਸੇਧ ਤੇ ਸਹੀ ਦਿਸ਼ਾ ਮਨੁੱਖ ਨੂੰ ਨਹੀਂ ਮਿਲਦੀ ਤੇ ਦੂਸਰੇ ਵਕਤ ਪਾਸੇ ਜੇਕਰ ਗੁਰੂ ਅਗਿਆਨੀ ਹੋਵੇ ਅੰਧਲਾ ਹੋਵੇ ਤਾਂ ਉਹਦੇ ਵੀ ਨਤੀਜੇ ਜਿਹੜੇ ਗਲਤ ਹੁੰਦੇ ਨੇ ਗੁਰੂ ਦੀ ਚੋਣ ਕਰਨੀ ਵੀ ਵੱਡੀ ਜਿਹੜੀ ਮਨੁੱਖ ਦੇ ਲਈ ਇੱਕ ਸਮੱਸਿਆ ਬਣ ਜਾਂਦੀ ਆ ਜੇਕਰ ਸਹੀ ਗੁਰੂ ਦੀ ਚੋਣ ਹੋਵੇਗੀ ਮਨੁੱਖ ਦਾ ਰਸਤਾ ਸਹੀ ਹੋਵੇਗਾ ਸਹੀ ਮਾਰਗ ਤੇ ਜਾਵੇਗਾ ਜੇਕਰ ਚੋਣ ਗਲਤ ਕਰ ਲਈ ਜਾਵੇਗੀ ਤਾਂ ਹਾਲ ਕੁਝ ਅਜੀਹਾ ਹੋਵੇਗਾ ਗੁਰੂ ਜੀ ਨਾ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇਨ ਓਏ ਪਾਣੇ ਚੱਲਣ ਆਪਣੇ ਨਿੱਤ ਝੂਠੋ ਝੂਠ ਬਲੇਨ ਸੋ ਪਿਆਰੇ ਦਰਸ਼ਕੋ ਇਸ ਵੇਲੇ ਇਜਾਜ਼ਤ ਚਾਹੁੰਦਾ ਫਿਰ ਨਵਾਂ ਪ੍ਰੋਗਰਾਮ ਲੈ ਕੇ ਸਿੱਖ ਤਵਾਰਿਖ ਦੇ ਵਿੱਚ ਸਿੱਖ ਇਤਿਹਾਸ ਦੇ ਅੱਜ ਦੇ ਵਿਸ਼ਾਡ ਕੀ ਹੈ ਉਹ ਆਪ ਜੀ ਦੇ ਰੂਬਰੂ ਕਰਾਂਗਾ ਇਜਾਜ਼ਤ ਧੰਨਵਾਦ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ